ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ? ਹੁਣੇ ਹੁਣੇ ਆਪਾਂ ਲਾਈਵ ਸੀਗੇ ਥੋੜ੍ਹੀ ਦੇਰ ਪਹਿਲਾਂ ਫੇਸਬੁੱਕ ਦੇ ਉੱਤੇ, ਅਤੇ ਮੈਂ ਕਿਹਾ ਇੰਸਟਾ ਦਾ ਵੀ ਰਹਿ ਗਿਆ ਕੰਮ, ਅੱਜ ਚੱਕ ਹੀ ਦੇਈਏ, ਗੱਪਾਂ ਛੱਪਾਂ ਮਾਰਦੇ ਹਾਂ ਤੁਹਾਡੇ ਨਾਲ। ਅਤੇ ਕਿੱਦਾਂ ਹਾਲ ਚਾਲ ਜੀ? ਸਾਰੇ ਠੀਕ ਠਾਕ ਹੋ? ਵੈਲਕਮ 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 ਸਾਰਿਆਂ ਨੂੰ, ਜੀ ਆਇਆਂ ਨੂੰ। ਅਤੇ ਆ ਕੇ ਲੱਗਦੇ ਆ ਬੰਦੇ ਤਾਂ ਸਾਰੇ, ਦਿਲ ਦੀ ਸਪੀਡ ਬਹੁਤ ਜ਼ਿਆਦਾ ਹੋ ਚੁੱਕੀ ਹੈ ਸਾਈਡ ਦੇ ਉੱਤੇ, ਦਿਗ 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 ਕਰ ਰਿਹਾ ਜਿਹੜਾ। ਕਿਆ ਬਾਤ ਹੈ! ਗੁਰਬਾਜ਼ ਕਿੱਥੇ ਆ? ਗੁਰਬਾਜ਼ ਪਤਾ ਨਹੀਂ ਹਲੇ ਕਿੱਥੇ ਆ, ਜਦੋਂ ਆਉਂਦਾ ਤੁਹਾਨੂੰ ਉਹ ਮੇਰੇ ਕਿਹਾ ਸੁੱਤਾ ਪਿਆ ਵਾ ਹਲੇ। ਏਕਮ ਛਿੰਦੇ ਹੋਣੀ ਤਾਂ ਇੱਥੇ ਹੀ ਨੇ ਕਿਤੇ। ਅਤੇ ਪਾਣੀ ਦੀ ਯਾਰ ਕਿਵੇਂ ਆ? ਠੀਕ ਠਾਕ। ਸਤਿ ਸ਼੍ਰੀ ਅਕਾਲ ਬੁਲਾ। ਸਤਿ ਸ਼੍ਰੀ ਅਕਾਲ ਜੀ। ਦਿਖਾ ਤੋ ਹੈ ਨਹੀਂ ਕਿਸੇ ਕੋ? ਸਤਿ ਸ਼੍ਰੀ ਅਕਾਲ ਜੀ। ਹਾਂ, ਖੁਸ਼ ਹੈ? ਲਾਈਵ ਆਪਾਂ ਹੋਏ ਹਾਂ, ਦੋ ਤਿੰਨ ਖਾਸ ਅਪਡੇਟਾਂ ਤੁਹਾਨੂੰ ਦੇਣੀਆਂ ਸੀ। ਉੱਧਰ ਤਾਂ ਛਿੰਦਾ ਕਿੱਥੇ ਆ? ਛਿੰਦਾ ਲੱਭ ਲੈਂਦੇ ਆਪਾਂ, ਉਹਨਾਂ ਨੂੰ ਲੱਭਦੇ ਆਪਾਂ ਕਿਹੜੇ ਕਿਹੜੇ ਕਿੱਥੇ ਕਿੱਥੇ ਨੇ। ਅਪਡੇਟਾਂ ਤੁਹਾਨੂੰ ਇਹ ਦੇਣੀਆਂ ਸੀ ਵੀ ਇੱਕ ਤਾਂ ਕੱਲ੍ਹ ਨੂੰ ਗਾਣਾ ਆ ਰਿਹਾ ਸੋਨੇ ਦੀ ਡੱਬੀ, ਸੋ ਮੇਕ ਸ਼ੋਰ ਯੂਟਿਊਬ 'ਤੇ ਜਾ ਕੇ ਕੱਲ੍ਹ ਨੂੰ ਤੁਸੀਂ ਸਾਰੇ ਜਣੇ ਗਾਣਾ ਸ਼ੇਅਰ ਕਰੋ। ਬਹੁਤ ਹੀ ਵਧੀਆ ਗਾਣਾ ਵਾ, ਕਮਾਲ ਦਾ ਗੀਤ ਆ, ਡਿਊਟ ਗੀਤ ਬੜੇ ਟਾਈਮ ਬਾਅਦ ਆ ਰਿਹਾ ਵਾ। ਅਤੇ ਦੂਸਰਾ ਐਲਬਮ ਮੈਸੇਜ ਵੀ ਆ ਗਿਆ, ਭਾਅ ਜੀ ਐਲਬਮ ਕਦੋਂ? ਸੋ ਐਲਬਮ ਦੀਆਂ ਫੁੱਲ ਔਨ ਤਿਆਰੀਆਂ ਚੱਲ ਰਹੀਆਂ ਜੀ। ਮੈਨੂੰ ਲੱਗਦਾ ਇਹ ਜਿਹੜਾ ਹੁਣ ਕੱਲ੍ਹ ਨੂੰ ਗਾਣਾ ਆਉਣਾ ਵਾ, ਇਹ ਲਾਸਟ ਗਾਣਾ ਵਾ, ਇਸ ਤੋਂ ਬਾਅਦ ਐਲਬਮ ਹੀ ਆਊਗੀ। ਐਲਬਮ ਦੇ ਇੱਕ ਦੋ ਗਾਣੇ ਸ਼ੂਟ ਹੋ ਚੁੱਕੇ ਨੇ, ਅਤੇ ਦੂਸਰਾ ਇੱਕ ਦੋ ਗਾਣੇ ਸ਼ੂਟ ਹੋ ਚੁੱਕੇ ਨੇ, ਇੱਕ ਦੋ ਗਾਣੇ ਸ਼ੂਟ ਹੋ ਰਹੇ ਨੇ। ਉਹਦੇ 'ਚ ਕਿਹੜੀਆਂ ਕਿਹੜੀਆਂ ਕਲੈਬਰੇਸ਼ਨਸ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਸੋ ਮੈਨੂੰ ਲੱਗਦਾ ਕਿ ਅਸੀਂ 25 ਤਰੀਕ ਦੇ ਐਂਡ ਆਫ ਦਿਸ ਮੰਥ ਤੱਕ ਤੁਹਾਨੂੰ ਸਾਰੀ ਅਪਡੇਟ ਐਲਬਮ ਦੀ, ਐਲਬਮ ਦਾ ਜਿਹੜਾ ਟਰੈਕ ਲਿਸਟਿੰਗ, ਕਿੰਨੇ ਗਾਣੇ ਆ, ਸਭ ਚੀਜ਼ਾਂ ਉਹ ਤੁਹਾਨੂੰ ਅਪਡੇਟ ਕਰ ਦਾਂਗੇ। ਕੋਈ ਕਨਫਿਊਜ਼ਨ ਨਹੀਂ ਰਹੂਗੀ, ਕਿਉਂਕਿ ਮੈਂ ਦੇਖਦਾ ਕਈ ਵਾਰੀ ਤੁਹਾਡੇ ਬਹੁਤ ਮੈਸੇਜ ਆ ਜਾਂਦੇ ਆ, ਬਾਈ ਜੀ ਆਹ ਚੀਜ਼ ਪਾ ਦਿਉ, ਉਹ ਚੀਜ਼ ਪਾ ਦਿਉ, ਕਿਉਂਕਿ ਐਲਬਮ ਦੇ ਉੱਤੇ ਜ਼ਿਆਦਾ ਜ਼ੋਰ ਹੋਣ ਕਰਕੇ ਬਾਕੀ ਚੀਜ਼ਾਂ ਲਈ ਥੋੜ੍ਹਾ ਜਿਹਾ ਸਾਨੂੰ ਇਹ ਸੀ ਵੀ ਐਲਬਮ ਘੈਂਟ ਤਰੀਕੇ ਨਾਲ ਆਵੇ। ਔਰ ਐਵਰੀ 20-25 ਦਿਨਾਂ ਬਾਅਦ ਐਲਬਮ ਦਾ ਗਾਣੇ ਤੋਂ ਗਾਣਾ ਟੱਕ 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 ਆਈ ਜਾਵੇ। ਵੀਰੇ ਗੱਲਬਾਤ ਬਰੋ, ਟੀਜ਼ਰ ਕੈਮ ਸੀ, ਥੈਂਕ ਯੂ ਬ੍ਰਦਰ, ਜਿਨ੍ਹਾਂ ਨੂੰ ਗਾਣੇ ਦਾ ਟੀਜ਼ਰ ਵਧੀਆ ਲੱਗਿਆ। ਗਾਣਾ ਵੀ ਘੈਂਟ ਆ ਬਹੁਤ, ਗਾਣਾ ਆਸਟ੍ਰੇਲੀਆ ਨਿਊਜ਼ੀਲੈਂਡ ਵਾਲਿਆਂ ਨੇ ਸੁਣ ਲਿਆ ਹੋਣਾ ਵਾ, ਗਾਣਾ ਆ ਚੁੱਕਿਆ ਵਾ ਉੱਧਰ ਤਾਂ ਆਈਟਿਊਨਾਂ ਵਗੈਰਾ ਦੇ ਉੱਤੇ। ਅਤੇ ਲਾਈਵ ਪਤਾ ਨਹੀਂ ਲੱਗਿਆ ਕੀ ਕਿਹਾ ਵੀਰੇ, ਥੈਂਕ ਯੂ ਸਾਰਿਆਂ ਦਾ। ਕਰਨੌਜ ਦੇ ਨਾਲ ਕੋਈ ਸੌਂਗ ਕਰ ਲਓ, ਕਰਨ ਨਾਲ ਗਾਣਾ ਕੀਤਾ ਹੋਇਆ, ਉਹਦੀ ਅਪਡੇਟ ਤੁਹਾਨੂੰ ਜਲਦੀ ਦੇਵਾਂਗੇ। ਅਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਹਲੇ ਸਿਰਫ ਤੁਸੀਂ ਇੱਕੇ ਗਾਣੇ ਦੇ ਉੱਤੇ ਫੋਕਸ ਰੱਖੋ ਜਿਹੜਾ ਕੱਲ੍ਹ ਨੂੰ ਆ ਰਿਹਾ, ਉਸ ਤੋਂ ਬਾਅਦ ਜਿਹੜੇ ਅੱਗੇ ਆ ਰਹੇ ਨੇ ਉਹਨਾਂ ਦੀ ਅਪਡੇਟ ਤੁਹਾਨੂੰ ਹਲੇ ਐਲਬਮ ਦੇ ਵਿੱਚ ਹੀ ਮਿਲੂਗੀ ਚੀਜ਼ਾਂ ਦੀ ਸਾਰੀ। ਅਤੇ ਥੀਏਟਰ 'ਤੇ ਵੀ ਚੱਲੂ ਸੌਂਗ ਤੁਹਾਡੇ? ਥੈਂਕ ਯੂ ਜੀ। ਹੋਮ ਥੀਏਟਰ 'ਚ ਵੀ ਚੱਲੂ? ਬਿਲਕੁਲ ਚੱਲਣਗੇ ਜੀ, ਜਿੱਥੇ ਮਰਜ਼ੀ ਚਲਾਓ। ਉਹ ਬੱਚੇ ਮੈਂ ਲੱਭਦਾ ਕਿੱਥੇ ਨੇ, ਏਕਮ ਛਿੰਦੇ ਹੋਣੀ ਤਾਂ ਇੱਥੇ ਗੇਮ ਗੁੰਮ ਲਾ ਰਹੇ ਸੀਗੇ, ਖੜਕਾ ਰਿਹਾ ਸੀ ਦਰਵਾਜ਼ਾ, ਕੀ ਕਰ ਰਿਹਾ ਸੀ? ਤੂੰ ਤੋੜੇਗਾ, ਤੂੰ ਤੋੜੇਗਾ, ਤੂੰ ਤੋੜੇਗਾ, ਕੁਛ ਹੋਏ। ਇੱਕ ਮਿੰਟ ਰੁਕੀ, ਇੱਕ ਮਿੰਟ ਰੁਕੀ, ਕੀ ਕਰਨ ਲੱਗਿਆ? ਹੈਂ, ਕਿਹੜੀ ਨਿਊ ਸਟਿੱਕ ਟਰਾਈ ਕਰ ਰਿਹਾ? ਕਿਹੜੀ? ਅੱਛਾ, ਹੁਣ ਇਹਦੇ ਨਾਲ ਚੱਲੂ ਕਿਹੜਾ ਸ਼ਾਟ? ਪਹਿਲਾਂ ਇੱਧਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ, ਤੂੰ ਜਾਣੀ ਕਿ ਹੁਣ ਸਾਰਿਆਂ ਨੂੰ ਇਹ ਦੱਸਣ ਲੱਗਿਆ ਵਾ ਵੀ ਤੂੰ ਸਾਰਿਆਂ ਨੂੰ ਦੱਸ ਰਿਹਾ ਵੀ ਕਿੱਦਾਂ ਖੇਡੀ ਦਾ ਵਾ ਪੂਲ, ਚੱਕ ਤਾਂ ਤੇ ਧੋਂਦੀ ਨਹੀਂ, ਉਹ ਦੂਜੀ ਰੱਖ ਨਹੀਂ ਹੁੰਦੀ, ਉਹ ਕੱਚ 'ਚ ਥੱਲੇ ਦੱਬੀ ਹੋਈ ਆ। ਪਤਾ ਨਹੀਂ ਕਰਨਾ ਕੀ ਚਾਹੁੰਦਾ, ਉਹੀ ਬਿੰਗਾ ਤੜੰਗਾ ਹੋਈ ਜਾਣਾ। ਹਾਂ ਓ ਏਮ, ਹਾਂ ਮੇਰਾ ਮੇਰਾ ਮੇਰਾ
ਮਾਰੀ ਉਹਦੇ ਵਾਲੀ ਜ ਹੈ ਹੱਦ ਆ ਯਾਰ। ਸੋ ਇਹਦੇ ਹਾਲਾਤ ਤੁਹਾਨੂੰ ਪਤਾ ਹੀ ਨੇ ਜੀ, ਗੇਮ ਚੱਲ ਰਹੀ ਆ ਬੱਚਾ ਪਾਰਟੀ ਦੀ ਅਤੇ ਬਾਲ ਮੇਰੇ ਛੋਟੇ ਨੇ ਹਲੇ ਹਲੇ ਵਾਰਨਿੰਗ ਦਾ ਸ਼ੂਟ ਹੁਣੇ ਹੁਣੇ ਖਤਮ ਹੋਇਆ ਮੇਰਾ, ਮਤਲਬ ਮੇਰਾ ਸ਼ੂਟ ਖਤਮ ਹੋ ਗਿਆ ਵਾਰਨਿੰਗ ਦਾ, ਬਟ ਵਾਰਨਿੰਗ ਦਾ ਹਲੇ ਸ਼ੂਟ ਚੱਲ ਰਿਹਾ ਵਾ। ਸੋ ਵਾਰਨਿੰਗ ਦਾ ਵਾਰਨਿੰਗ ਦੀ ਲੁੱਕ ਤੁਹਾਨੂੰ ਕਿੱਦਾਂ ਲੱਗੀ ਹੈ ਜ਼ਰੂਰ ਦੱਸਿਓ। ਅਤੇ ਬਹੁਤ ਹੀ ਘੈਂਟ ਸ਼ੂਟ ਹੋਈ ਆ, ਬਹੁਤ ਜ਼ਿਆਦਾ ਘੈਂਟ। ਅਮਰ ਜਿਹੜਾ ਡਾਇਰੈਕਟਰ ਆ ਸਾਡਾ, ਉਹਨੇ ਕਮਾਲ ਦਾ ਕੰਮ ਕੀਤਾ, ਫਟੇ ਦਿੱਤੇ ਨੇ ਚੱਕ। ਸੋਰੀ ਕਨੈਕਸ਼ਨ ਦੀ ਕੋਈ ਪ੍ਰੋਬਲਮ ਸੀ, ਆ ਡੋਰ ਜਿਹਾ ਬੰਦ ਕਰਕੇ। ਅਤੇ ਬਹੁਤ ਅੱਛਾ ਕੰਮ ਕੀਤਾ ਵਾਰਨਿੰਗ ਦੇ ਵਿੱਚ, ਉਹਨੇ ਕਮਾਲ ਦਾ ਬਣਿਆ ਤਾਮਜਾਮ। ਕੀ ਹੋਇਆ, ਕਿਵੇਂ ਜਿੱਤ ਗਿਆ, ਜਿੱਤ ਕਿਵੇਂ ਗਿਆ ਇਹ? ਅੱਛਾ ਬਲੈਕ ਪੈ ਗਿਆ ਤੂੰ, ਤੇਰਾ ਕੀ ਕਹਿੰਦੇ ਇਹਨੂੰ? ਥੈਂਕ ਯੂ ਇਸ ਚੀਜ਼ ਦਾ, ਥੈਂਕ ਯੂ ਇਸ ਚੀਜ਼ ਦਾ। ਨਿਊ ਉਂਗਲੀ ਆ, ਠੀਕ ਆ। ਨਹੀਂ ਹੁਣ ਜਿਹੜੀਆਂ ਰਹਿ ਗਈਆਂ ਇਹਨਾਂ ਨੂੰ ਪਾਉਣਾ ਹੀ ਨਹੀਂ। ਇੱਕ ਵੀਰ ਜੀ ਰਗੜਤੇ ਹੈ, ਗੁਰਬਾਜ਼ ਕਿੱਥੇ ਆ? ਗੁਰਬਾਜ਼ ਕਿੱਦਾਂ ਸੁੱਤਾ, ਕਿੱਦਾਂ ਸੁੱਤਾ, ਏਦਾਂ ਸੌਂਦਾ ਉਹ? ਅੱਛਾ ਬਾਜੀ ਖਾ ਗਿਆ, ਚਲੋ ਠੀਕ ਹੈ ਜੀ। ਸੋ ਅਪਡੇਟਾਂ ਬੇਸਿਕਲੀ ਇਹੀ ਨੇ। ਸੋ ਮੇਕ ਸ਼ੋਰ ਕੱਲ੍ਹ ਨੂੰ ਜਿਹੜਾ ਗਾਣਾ ਆਉਣਾ ਉਹਨੂੰ ਤੁਸੀਂ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੰਪਨੀ ਦੇ ਨੂੰ ਮਿਊਜ਼ਿਕ ਬਿਲਡਰਸ, ਅਤੇ ਗਾਣਾ ਆ ਜਾਣਾ ਸਵੇਰੇ ਅਤੇ ਚੱਕ ਦਿਓ ਫੱਟੇ। ਅਤੇ ਥੈਂਕ ਯੂ ਸੋ ਮੱਚ ਸਾਰੀਆਂ ਚੀਜ਼ਾਂ ਨੂੰ ਪਸੰਦ ਕਰਨ ਦੇ ਲਈ। ਹਨੀ ਸਿੰਘ ਨਾਲ ਵੀ ਗਾਣਾ ਕੀਤਾ ਜੀ, ਬਿਲਕੁਲ ਕੀਤਾ ਜੀ, ਜੋ ਹਨੀ ਸਿੰਘ ਨਾਲ। ਸੋ ਗਾਣਾ ਹਾਲੇ ਸਲੈਕਟ ਹੋਇਆ ਵਾ, ਹਾਲੇ ਰਫ ਸਕੈਚ ਬਣਿਆ ਗਾਣੇ ਦਾ, ਅਤੇ ਉਹਦਾ ਤੁਹਾਨੂੰ ਕੀ ਅਪਡੇਟ ਆ ਉਹ ਹਾਲੇ ਠਹਿਰ ਕੇ ਦੇਵਾਂਗੇ, ਇਟਸ ਟੂ ਅਰਲੀ ਫੋਰ ਦੈਟ। ਸੋ ਫਿਲਹਾਲ ਕੱਲ੍ਹ ਨੂੰ ਇੱਕ ਗਾਣਾ ਆ ਰਿਹਾ, ਇਸ ਗਾਣੇ ਤੋਂ ਬਾਅਦ ਸਿੱਧੀ ਐਲਬਮ ਆਏਗੀ, ਐਲਬਮ ਦੀ ਡੇਟ ਸਾਰਾ ਕੁਛ ਐਵਰੀਥਿੰਗ ਇਸ ਮੰਥ ਪਾ ਦੇਣਾ। ਉਸ ਤੋਂ ਬਾਅਦ ਕੰਟੀਨਿਊਸਲੀ 4-5 ਗਾਣੇ ਐਲਬਮ ਦੇ ਵੀਡੀਓਜ਼ ਆਉਣਗੇ, ਠਾ ਔਰ ਗਾਣਿਆਂ 'ਚ ਕਲੈਬਰੇਸ਼ਨਾਂ ਤਾਂ ਹੈਗੀਆਂ ਨੇ ਚਲੋ, ਪਰ ਕਲੈਬਰੇਸ਼ਨਾਂ ਵੀ ਥੋੜ੍ਹੀਆਂ ਇੱਦਾਂ ਦੀਆਂ ਨੇ ਵੀ ਤੁਸੀਂ ਘੱਟ ਸੋਚੀਆਂ ਹੋਣਗੀਆਂ, ਹੈ ਨਾ, ਡਿਫਰੈਂਟ ਨੇ ਅਤੇ ਘੈਂਟ ਗੀਤ, ਠੀਕ ਹੈ। ਇਹ ਅਪਡੇਟ ਕਰਦੇ ਹਾਂ, ਮਿਊਜ਼ਿਕ ਵਾਲੇ ਆਪਾਂ 'ਚ ਵਿਗਾੜ ਦੇਣੇ ਆ ਉਹਦੇ 'ਚ, ਠੀਕ ਹੈ ਜੀ। ਬੀਤ ਨਾਲ ਸੌਂਗ, ਬੀਤ ਨਾਲ ਵੀ ਸੌਂਗ ਕਰ ਰਹੇ ਹਾਂ ਜੀ, ਬਿਲਕੁਲ ਕਰ ਰਹੇ ਹਾਂ ਬੀਤ ਬਲਜੀਤ। ਸੋ ਉਹਦੇ ਨਾਲ ਵੀ ਗੀਤ ਜਲਦੀ ਤੁਹਾਨੂੰ ਪੇਸ਼ ਕਰਾਂਗੇ। ਸੋ ਮੇਕ ਸ਼ੋਰ ਸਾਰੀਆਂ ਚੀਜ਼ਾਂ, ਔਰ ਥੈਂਕ ਯੂ ਸੋ ਮੱਚ ਵਾਰਨਿੰਗ ਦੇ ਪੋਸਟਰ ਨੂੰ ਇੰਨਾ ਪਿਆਰ ਦੇਣ ਦੇ ਲਈ। ਸੋ ਮੈਂ ਅੱਜ ਲਾਈਵ ਸਿਰਫ ਖਾਸ ਇਸੇ ਕਰਕੇ ਆਇਆ, ਜਿਹੜੇ ਬੜੇ ਦੇਰ ਤੋਂ ਕਹਿ ਰਹੇ ਸੀ ਐਲਬਮ ਦੀ ਕੋਈ ਅਪਡੇਟ ਨਹੀਂ, ਆਹ ਚੀਜ਼ ਨਹੀਂ ਮਿਲ ਰਹੀ, ਉਹਦਾ ਨਹੀਂ ਪਤਾ ਲੱਗ ਰਿਹਾ, ਹੈ ਨਾ। ਸੋ ਠੀਕ ਹੈ ਜੀ, ਥੈਂਕ ਯੂ ਸੋ ਮੱਚ, ਲਵ ਯੂ ਆਲ, ਚੱਕ ਦਿਓ ਫੱਟੇ, ਬਾਬਾ ਮਿਹਰ ਕਰੇ। ਅਤੇ ਧਿਆਨ ਰੱਖਿਆ ਕਰੋ ਜੀ, ਕਿਉਂਕਿ ਕਰੋਨਾ ਹਾਲੇ ਵੀ ਖਤਰਨਾਕ ਤਰੀਕੇ ਨਾਲ ਚੱਲ ਰਿਹਾ, ਡੇਲੀ ਕੇਸਿਸ ਵੱਧ ਰਹੇ ਨੇ ਬਹੁਤ ਜ਼ਿਆਦਾ। ਮਾਸਕ ਹਮੇਸ਼ਾ ਯੂਜ਼ ਕਰਦੇ ਰਹੋ, ਸੋ ਆਪਣਾ ਧਿਆਨ ਰੱਖੋ। ਲੋਕ ਚਾਹੇ ਕਿ ਕਹਿਣ ਕਿ ਬਿਲਕੁਲ ਨਹੀਂ ਹੈਗਾ ਜਾਂ ਇਹ ਸਭ ਝੂਠ ਹੈ, ਫਰੋਡ ਹੈ, ਫਿਰ ਵੀ ਸੇਫਟੀ ਰੱਖਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਆਪਣਾ ਧਿਆਨ ਤੁਸੀਂ ਆਪ ਰੱਖਣਾ। ਬਾਹਰ ਬਹੁਤ ਰਸ਼ ਹੋ ਗਿਆ, ਲੋਕ ਤਾਂ ਭੱਜੇ ਫਿਰਦੇ ਨੇ, ਸੋ ਮੇਕ ਸ਼ੋਰ ਤੁਸੀਂ ਧਿਆਨ ਰੱਖਿਓ ਉਸ ਚੀਜ਼ ਦਾ, ਠੀਕ ਹੈ ਜੀ। ਥੈਂਕ ਯੂ, ਬਾਏ ਕਰ ਦਿਓ ਸਾਰੇ, ਗੇਮ ਮੁੱਕ ਗਈ ਹੁਣ। ਹਾਂ ਜੀ, ਅੱਗੇ ਅੱਜ ਨਹੀਂ ਆਏ ਮੈਂ, ਤੈਨੂੰ ਜੇ ਯਾਦ ਹੈ ਪਹਿਲੀ ਵਾਰੀ ਜਦ ਮੈਂ ਉਹ ਲਾਈਵ 'ਚ ਆਇਆ ਸੀਗਾ, ਮੈਂ ਸਾਰੇ ਸਪੈਮ ਕਰ ਰਹੇ ਸੀਗੇ, ਮੀ ਇਜ਼ ਫਰੋਮ ਅਮੈਰੀਕਾ। ਅੱਛਾ, ਸਾਰੇ ਬੋਲਦੇ ਸੀਗੇ, ਠੀਕ ਹੈ ਠੀਕ ਹੈ। ਉਹ ਹੁਣ ਨਹੀਂ ਆ ਰਹੇ ਹੈਗੇ, ਕਹਿੰਦੇ ਭਾਜੀ ਹੁਣ ਆ ਰਹੇ ਨੇ, ਜਾਨੀ ਭਾਜੀ ਨਾਲ ਵੀ ਗਾਣਾ ਕਰਿਓ ਜੀ, ਨਿਮਰਤ ਖਹਿਰਾ ਨਾਲ, ਛਿੰਦਾ ਲਵ ਯੂ, ਛਿੰਦੇ ਲਵ ਯੂ ਹੋ ਗਿਆ ਤੈਨੂੰ, ਲਵ ਯੂ ਤਾਂ ਕਹਿ ਦੇ, ਲਵ ਯੂ ਛਿੰਦਾ ਜੀ, ਦਿਲ ਲਾਈ ਲਗਾਈ ਰੱਖਦੇ ਆ, ਵਾਹ ਜੀ, ਤੂੰ ਵੀ ਦੇਖ ਲੈ ਕੈਰੀ ਔਨ ਜੱਟਾ 2, ਬਹੁਤ ਪਿਆਰੇ ਬੱਚੇ ਨੇ ਜੀ, ਲਵ ਯੂ, ਥੈਂਕ ਯੂ ਜੀ, ਥੈਂਕ ਯੂ, ਤੁਸੀਂ ਸਾਰਿਆਂ ਨੂੰ ਥੈਂਕ ਯੂ ਤਾਂ ਕਰਿਆ ਕਰੋ ਨਾ, ਥੈਂਕ ਯੂ, ਥੈਂਕ ਯੂ, ਥੈਂਕ ਯੂ।
लव यू सो थैंक यू सो मच जी मिलते हैं फिर अपडेट करते हैं कुछ नैक्सट चीज़ जदों भी थोनू अपडेट देनी होगी सो मेक श्योर कल गाँव एंड सोने की डब्बी सो उन्होंने शेयर करो सपोर्ट करो लव यू ऑल थैंक यू सो मच बाय बाय